14 3 ਨੂੰ ਗੇਟ ਕੀਮਾ ਦੇ ਏਰੀਏ 'ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ। ਕਾਫੀ ਮੀਡੀਆ 'ਚ ਵੀ ਉਹਦੇ ਬਾਰੇ ਆਇਆ ਚਰਚਾ ਕਿ ਕਿਸ ਤਰ੍ਹਾਂ ਇੱਕ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸੰਬੰਧ 'ਚ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਅਤੇ ਕ੍ਰਿਮੀਨਲਸ ਦੇ ਖਿਲਾਫ, ਉਹਦੇ ਤਹਿਤ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਜਿਹੜਾ ਮੇਨ ਕੰਮ ਹੈ ਪ੍ਰਵੈਂਸ਼ਨ ਡਿਟੈਕਸ਼ਨ ਦਾ, ਉਹਦੇ 'ਚ ਡਿਟੈਕਸ਼ਨ ਨੂੰ ਪ੍ਰਾਇਰਟੀ ਦਿੱਤੀ ਗਈ। ਡਾਕਟਰ ਪ੍ਰਗਿਆ ਜੈਨ ਸਾਡੇ DCP ਸਾਹਿਬ ਮੈਡਮ, ਡਾਕਟਰ ਦਰਪਨ, ACP ਸੁਰਿੰਦਰ ਜੀ, ਅਮੋਲਕ ਸਾਡੇ CI ਇੰਚਾਰਜ ਵਨ, ਔਰ ਸਤਨਾਮ ਸਿੰਘ ਜਿਹੜੇ SHO ਗੇਟ ਹਕੀਮਾ, ਸਾਰਿਆਂ ਨੇ ਵੱਖ ਵੱਖ ਤੌਰ 'ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਟਰੇਸ ਕੀਤਾ। 3 ਮੁਲਜ਼ਮ ਇਹ 'ਚ ਫੜੇ ਹੈ, ਇੱਕ ਤਾਂ ਸਾਹਿਲਪ੍ਰੀਤ ਏਲੀਅਸ ਸੋਹੀ ਹੈ ਔਰ ਇਹਨੇ ਹੀ ਮੇਨ ਗੋਲੀ ਚਲਾਈ ਸੀ ਮੋਟਰਸਾਈਕਲ ਦੇ ਉੱਤੇ ਜਦੋਂ ਸਵਾਰ ਸੀਗੇ, ਨਾਲ ਅਭੀ ਗਿੱਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਹੈ, ਇਹ ਸਾਰੀ ਕੌਨਸਪਿਰੇਸੀ ਦੇ ਵਿੱਚ ਸੀਗਾ। ਵਜ੍ਹਾ ਰੰਜਿਸ਼ ਇਹ ਪਤਾ ਲੱਗੀ ਕਿ ਉਸ ਦਿਨ ਮ੍ਰਿਤਕ ਅਤੇ ਉਹਦੇ 2 ਦੋਸਤ ਸੀਗੇ ਉਹਦੇ ਨਾਲ, ਇੱਕ ਦਾ ਨਾਂ ਹੈਗਾ ਸੰਜੂ ਡੌਨ, ਦੂਜਾ ਹੈਗਾ ਪੀਟਰ, ਇਹ ਵੀ ਕਾਰ 'ਚ ਸੀਗੇ ਅਤੇ ਸਾਹਿਲਪ੍ਰੀਤ ਸੋਹੀ ਹੁਣਾਂ ਦੀ ਇਹਨਾਂ ਨਾਲ ਲਾਗਡਾਟ ਸੀਗੀ। ਉਸੇ ਸੰਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਅਤੇ ਉਹਨਾਂ ਦੇ ਮਗਰ ਲੱਗ ਗਏ ਔਰ ਉਹਨਾਂ ਨੇ ਕਾਰ ਭਜਾਈ, ਕਾਰ ਭਜਾ ਕੇ ਗੇਟ ਹਕੀਮਾ ਚੌਂਕ ਕੋਲ ਜਦੋਂ ਆਏ ਅਤੇ ਉੱਤਰ ਕੇ ਭੱਜਣ ਲੱਗੇ ਅੰਦਰ ਪੁਲਿਸ ਸਟੇਸ਼ਨ ਵੱਲ, ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ, ਜੋ ਕਿ ਮ੍ਰਿਤਕ ਜਿਹੜੇ ਹੈਗੇ ਆ ਵੇਨੂ ਰਾਜਵੀਰ ਸੇਠੀ ਉਲਫ ਵੇਨੂ ਦੀ ਵਿਚਾਰੇ ਦੀ ਮੌਤ ਹੋ ਗਈ ਉਸ 'ਚ, ਅਤੇ ਉਹ ਜਿਹੜੇ ਦੂਸਰੇ 2 ਬੰਦੇ ਉਹ ਉਹਨਾਂ ਦੀ ਦੇ ਉੱਤੇ ਗੋਲੀ ਨਹੀਂ ਲੱਗੀ, ਬਚਾਅ ਹੋ ਗਿਆ। ਉਸ ਤੋਂ ਬਾਅਦ ਇਹ ਬੰਦੇ ਵੱਖ ਵੱਖ ਜਗ੍ਹਾ 'ਤੇ ਅਲੱਗ ਅਲੱਗ ਹੋ ਗਏ ਔਰ ਸਾਹਿਲਪ੍ਰੀਤ ਜਿਹੜਾ ਸੋਹੀ ਹੈ, ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ। ਸਾਡੀ CIA ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀ ਇੱਕ ਜਗ੍ਹਾ ਹੈ ਸਾਊਥ ਦਿੱਲੀ ਦੇ ਵਿੱਚ, ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ ਔਰ ਵੈਪਨ ਸਣੇ। ਉਸ ਤੋਂ ਬਾਅਦ ਜਿਹੜੇ ਦੂਜੇ ਅਭੈ ਅਤੇ ਦੂਜਾ ਹੈਗਾ ਸੰਜੂ ਰੰਧਾਵਾ, ਫਤਿਹਪੁਰ ਦੇ ਏਰੀਏ ਦੇ ਵਿੱਚ ਉਹ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ, ਉਹਤੋਂ ਉਹ 'ਤੇ ਰਾਈਡ ਕਰਦੇ ਦੋਨੇ ਫੜੇ ਹੈ। ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਇੱਕ ਮੰਨਦਾ ਕਿ ਕਿਉਂਕਿ ਇੱਕ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ। ਇਹਦੇ 'ਚ ਜਿਹੜੀ ਬੇਸਿਕ ਪੁੱਛਗਿੱਛ 'ਤੇ ਪਤਾ ਲੱਗਿਆ ਕਿ ਜਿਹੜਾ ਸਾਹਿਲਪ੍ਰੀਤ ਹੈਗਾ ਏਲੀਅਸ ਸੋਹੀ, ਇਹਦੇ ਖਿਲਾਫ 8 ਮੁਕੱਦਮੇ ਪਹਿਲਾਂ ਹੀ ਦਰਜ ਹੈ। ਲੇਟੈਸਟ ਜਿਹੜਾ ਮੁਕੱਦਮਾ ਹੈਗਾ ਉਹ 307 ਦਾ, ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਲਾਈਆਂ ਸੀ B Division ਦੇ ਵਿੱਚ, ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਹੈ B Division 'ਚ ਹੀ। ਬਾਕੀ ਲੜਾਈ ਝਗੜੇ ਦੇ, ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ, ਗੋਲੀ ਚਲਾਉਣਾ, ਅਸਲਾ ਐਕਟ, ਹਵਾਈ ਫਾਇਰ ਔਰ ਜਿਹੜੇ ਮੋਬਾਈਲ ਵਗੈਰਾ ਖੋਹਣੇ, ਸਾਰੇ ਕਈ ਤਰ੍ਹਾਂ ਦੇ ਹੀਨੀਅਸ ਕ੍ਰਾਈਮ ਜਿਹੜੇ ਸਾਹਿਲਪ੍ਰੀਤ ਸੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਰਸਾਉਂਦਾ। ਔਰ ਜਿਹੜਾ ਲੜਕਾ ਸੰਜੂ ਰੰਧਾਵਾ, ਇਹਦੇ ਖਿਲਾਫ ਵੀ 336 ਔਰ 25 ਆਰਮਸ ਐਕਟ ਦਾ, ਅਸਲਾ ਐਕਟ ਦਾ, ਗੇਟ ਹਕੀਮਾਂ ਦਾ ਮੁਕੱਦਮਾ ਹੈ 2022 ਦਾ। ਸੋ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਹੈ
ਔਰ ਜਿਹੜਾ ਅਭੀ ਹੈ ਉਹਦੇ ਖਿਲਾਫ ਕ੍ਰਿਮੀਨਲ ਰਿਕਾਰਡ 'ਚ ਅਜੇ ਕੁਛ ਨਹੀਂ ਪਾਇਆ ਗਿਆ। ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਹੈ। ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕੌਨਸਪਰੇਸੀ ਉਹਦੇ 'ਚ ਵੀ ਕਾਫੀ ਲੋਕ ਹੈਗੇ ਜੋ ਐੱਫ ਆਈ ਆਰ 'ਚ ਵੀ ਉਹਨਾਂ ਨੇ ਲਿਖਾਇਆ। ਉਹ ਸਾਰੇ ਹੁਣ ਉਸ 'ਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ। ਔਰ ਸਾਹਿਲਪ੍ਰੀਤ ਸੋਹੀ ਦਾ ਹੀ ਪਤਾ ਲੱਗਿਆ ਕਿ ਇਹਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤਿੰਨ, ਅਤੇ ਜਿਵੇਂ ਸਪੋਇਲਡ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ। 12ਵੀਂ ਪਾਸ ਨੇ, ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰਿਆਂ ਦਾ, ਔਰ ਕੋਈ 11ਵੀਂ ਹੈ 12ਵੀਂ ਹੈ ਤਿੰਨਾਂ 'ਚੋਂ। ਔਰ ਮੇਨਲੀ ਇਹ ਕ੍ਰਾਈਮ ਅਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਤੁਰੇ ਫਿਰਦੇ ਆ। ਸੋ ਮੈਂ ਇਹ ਵੀ ਗੱਲ ਸਮਝਦਾ ਕਿ ਚਲੋ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ, ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ। ਉਸ ਤੋਂ ਇਲਾਵਾ ਕ੍ਰਾਈਮ ਅੱਗੇ ਵੀ ਪ੍ਰਿਵੈਂਟ ਹੋਇਆ, ਬਿਕੋਜ਼ ਜਿਹੜੇ ਬੰਦੇ ਇਹੋ ਜਿਹੇ ਨਜਾਇਜ਼ ਪਿਸਤੌਲ ਲੈ ਕੇ ਘੁੰਮ ਰਹੇ ਔਰ ਇੰਨੇ ਮੁਕੱਦਮੇ ਉਹਨਾਂ ਦੇ ਖਿਲਾਫ ਦਰਜ ਹੈ, ਤਾਂ ਉਹ ਬਾਕੀ ਉਹਨਾਂ ਦੀ ਅਰੈਸਟ ਤੋਂ ਬਾਅਦ ਨੈਚੁਰਲੀ ਹੋਰ ਵੀ ਕ੍ਰਾਈਮ ਜਿਹੜਾ ਪ੍ਰਿਵੈਂਟ ਹੋਏਗਾ। ਦੇਖੋ ਵਜ੍ਹਾ ਰੰਜਿਸ਼ ਦੱਸੀ ਆ, ਜੇ ਕੋਈ ਗੈਂਗ ਵਾਰ ਵਾਲੀ ਤਾਂ ਬਿਲਕੁਲ ਗੱਲ ਨਹੀਂ ਹੈ, ਨਹੀਂ ਤਾਂ ਉਸ ਦਿਨ ਹੀ ਪਹਿਲੇ ਦਿਨ ਲਾਕਡਾਊਨ ਇਹੀ ਹੁੰਦੀ ਆ ਜੀ, ਜਦੋਂ ਕਿਸੇ ਬੰਦੇ ਦੀ ਜਦੋਂ ਲੜਾਈਆਂ ਝਗੜੇ ਆਪਾਂ ਕਰਦੇ ਹਾਂ ਵਿਚਰਦੇ ਹਾਂ ਇੱਕ ਦੂਜੇ ਨਾਲ, ਤੁਹਾਨੂੰ ਵੀ ਸਾਰੀ ਗੱਲ ਸਮਝ ਹੀ ਹੈ, ਲਾਕਡਾਊਨ ਤਾਂ ਇਹੀ ਹੁੰਦੀ ਹੈ ਕਿ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ, ਜਾਂ ਤੁਸੀਂ ਉਹਨੂੰ ਆਪਣਾ ਓਪੋਨੈਂਟ ਮੰਨਦੇ ਹੋ, ਜਾਂ ਕਿਸੇ ਗੱਲ 'ਤੇ ਕਿਹਾ ਸੁਣੀ ਹੋਈ ਹੁੰਦੀ। ਉਹ ਸਾਰੀ ਗੱਲ ਹੁਣ ਤਫਤੀਸ਼ 'ਚ ਆਏਗੀ, ਪਾਰਟੀ ਵਾਪਸ ਆਈ ਹੈ ਦਿੱਲੀਓਂ, ਸਾਰਾ ਕਰਕੇ ਉਹਦੀ ਡਿਟੇਲ ਇੰਟਰੋਗੇਸ਼ਨ ਹੁਣ ਦਾ ਰਿਮਾਂਡ ਲਿਆ ਜਾਊਗਾ ਔਰ ਸਾਰੀ ਗੱਲਬਾਤ ਕਰਾਂਗਾ। ਬਾਕੀ ਵੀ ਜਿਹੜੇ ਬੰਦਿਆਂ ਦੇ ਜਿਹੜੇ ਵੀ ਕੌਨਸਪਰੇਸੀ 'ਚ ਹੈਗੇ ਉਹ ਵੀ ਸਾਰੇ ਅਰੈਸਟ ਕਰਾਂਗੇ। ਜਿਹੜਾ ਜਿਹੜਾ ਮਰਿਆ ਜੀ ਰਜੀਵ ਸੇਠੀ, ਉਹਦਾ ਵੀ ਕਿਸੇ ਦੇ ਨਾਲ ਕੁਛ ਸੀਗਾ, ਕੋਈ ਕ੍ਰਿਮੀਨਲ ਬੱਚਾ ਜਾਂ ਕੋਈ ਰਿਕਾਰਡ ਦਾ? ਅਜੇ ਤੱਕ ਕੋਈ ਆਇਆ ਨਹੀਂ ਸਾਹਮਣੇ, ਚੈੱਕ ਕਰਾ ਰਹੇ। ਵੈਸੇ ਮੈਨੂੰ ਅਜੇ ਤੱਕ ਕੋਈ ਸਾਹਮਣੇ ਆਈ ਨਹੀਂ ਗੱਲ ਇਹ। ਸਰ ਐਡੀ ਕੀ ਰੰਜਿਸ਼ ਸੀ ਵੀ ਉਹਨੂੰ ਗੋਲੀ ਮਾਰ ਦਿੱਤੀ ਜੀ ਇਹਨਾਂ ਨੇ? ਦੇਖੋ ਉਹਨੂੰ ਨਹੀਂ ਮਾਰੀ ਜੀ, ਮੈਂ ਤੁਹਾਨੂੰ ਉਹੀ ਦੱਸਿਆ ਦੋਨਾਂ ਨੂੰ ਵੀ ਜਿਹੜਾ ਡੌਨ ਅਤੇ ਦੂਜਾ ਪ੍ਰਿੰਸ ਸੀਗਾ ਉਹ ਨਾਲ ਬੈਠੇ ਸੀ, ਉਹਨਾਂ ਨਾਲ ਰੰਜਿਸ਼ ਸੀ ਚਲਾਈ, ਉਹਨੇ ਉਹਨਾਂ ਵੱਲ ਗੋਲੀ ਸੀ ਲੱਗੀ ਇਹਦੇ। ਚਲੋ ਗੱਲ ਤਾਂ ਉਹੀ ਹੈ ਵੀ ਬੰਦੇ ਨੇ ਮਾਰ ਦੇਣ ਦੀ ਨੀਤ ਨਾਲ ਮਰਡਰ ਤਾਂ ਕਰ ਹੀ ਦਿੱਤਾ। ਤੁਸੀਂ ਇਹ ਵੀ ਦੱਸਿਆ ਜੀ ਸਾਹਿਲਪ੍ਰੀਤ ਜਿਹੜਾ ਸੋਈ 8 ਮਾਮਲੇ ਦਰਜ ਨੇ, 2 ਪਰਚੇ 307 ਦੇ ਨੇ, ਐਕਚੁਅਲ ਕ੍ਰਿਮੀਨਲ ਹੈ, ਥ੍ਰੈਟ ਟੂ ਸੋਸਾਇਟੀ ਬੇਸਿਕਲੀ, ਆਲ ਦੀ ਪੀਪਲ ਗੈਟ ਦ ਬੇਲਸ ਅਗੇਨ ਐਂਡ ਅਗੇਨ। ਦੇਖੋ ਭਾਅ ਜੀ ਉਹ ਤਾਂ ਕਾਨੂੰਨ ਦਾ ਇੱਕ ਸਿਸਟਮ ਹੈ, ਉਹ ਤਾਂ ਆਈ ਕਾਂਟ ਆਨਸਰ ਔਨ ਬਿਹਾਫ ਆਫ ਐਨੀ ਅਦਰ ਏਜੰਸੀ। ਸਾਡਾ ਕੰਮ ਹੈ ਕਿ ਅਸੀਂ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਦੇ ਖਿਲਾਫ਼ ਐਕਸ਼ਨ ਲੈਂਦੇ ਰਹਿੰਦੇ ਹਾਂ ਸਿਰਫ, ਬਾਕੀ ਸਾਰੇ ਕੇਸਾਂ 'ਚ ਅਰੈਸਟਡ ਹੈ। ਔਰ ਉਹ ਇੱਕ ਕੇਸ ਦੇ ਵਿੱਚ ਅਰੈਸਟ ਦੀ ਬਾਕੀ ਸੀ, ਉਹ ਪੁਲਿਸ ਮਗਰ ਲੱਗੀ ਹੋਈ ਸੀ।